ਬਾਕੀ NOC ਵਾਲਾ ਆਪਾਂ ਕਾਨੂੰਨ ਪਾਸ ਕਰਤਾ, ਕਿਸੇ ਨੂੰ ਕਿਸੇ ਤਹਿਸੀਲਦਾਰ ਨੂੰ ਪੈਸੇ ਦੇਣ ਦੀ ਲੋੜ ਨਹੀਂ। ਜੇ ਕੋਈ ਤਹਿਸੀਲਦਾਰ ਪੈਸੇ ਮੰਗੇ, ਜੇਬ 'ਚ ਹੱਥ ਪਾ ਕੇ ਮੋਬਾਈਲ ਕੱਢ ਲਿਓ, ਬਸ ਉਹ ਉਹਦੀ ਕਹਿ ਦੂਗਾ ਚਾਹ ਮੰਗਾਓ, ਮੈਂ ਤਾਂ ਹੱਸਦਾ ਸੀ, ਮੈਂ ਤਾਂ ਹੱਸਦਾ ਸੀ, ਹੈ ਨਾ। ਨਹੀਂ ਉਹ ਕਹਿ ਜੀ ਮੈਂ ਤਾਂ ਫੋਟੋ ਖਿੱਚਣੀ ਹੈ, ਮੈਂ ਹੋਰ ਤਾਂ ਮੈਂ ਵੀ ਹੱਸਦਾ ਸੀ ਕਿ ਫੋਟੋ ਖਿੱਚ ਕੇ ਭੇਜਣੀ ਹੈ, ਬਸ ਇੰਨੀ ਗੱਲ, ਫੋਟੋ ਖਿੱਚ ਦਿਓ, ਬਾਕੀ ਸਾਡਾ ਕੰਮ ਹੈ। ਸੋ ਕੋਈ ਅਫਸਰ, ਕੋਈ ਕਿਸੇ ਕਿਸਮ ਦਾ ਅਫਸਰ ਤੁਹਾਡੇ ਤੋਂ ਪੈਸੇ ਮੰਗਦਾ, ਬਸ ਥੋੜ੍ਹਾ ਤੁਸੀਂ ਸਾਥ ਦਿਓਗੇ ਨਾ। ਜੇ ਡਾਕਟਰ ਨੂੰ ਆ ਕੇ ਕੋਈ ਦੱਸੂਗੀ ਨਹੀਂ ਮੈਨੂੰ ਬਿਮਾਰੀ ਕੀ ਹੈ, ਡਾਕਟਰ ਕੀ ਇਲਾਜ ਕਰੂਗਾ, ਹੁਣ ਐਂ ਪਤਾ ਨਹੀਂ ਲੱਗਦਾ। ਕਈ ਵਾਰੀ ਤੁਸੀਂ ਵੀ ਕਹਿੰਦੇ ਚੱਲ ਛੱਡ ਯਾਰ, ਕਿਹੜੇ ਝਮੇਲਿਆਂ 'ਚ ਪਵਾਂਗੇ, ਦੇ ਹੀ ਦਿੰਦੇ ਪੈਸੇ, ਫਿਰ ਉਹ ਚੱਲਦਾ ਰਹਿੰਦਾ ਕੰਮ, ਹੌਲੀ ਹੌਲੀ ਹਟੂਗਾ। ਇਹ ਬਹੁਤ ਖੂਨ 'ਚ ਵਸਿਆ ਹੋਇਆ ਇਹ ਕੰਮ, ਰਿਸ਼ਵਤ ਵਾਲਾ, ਹੌਲੀ ਹੌਲੀ ਹਟੂਗਾ, ਹਟ ਜੂਗਾ। ਪਰ ਜਦੋਂ ਨਵੇਂ ਮੁੰਡੇ, ਹੁਣ ਮੈਂ ਨੌਕਰੀ ਜਦੋਂ ਨਿਯੁਕਤੀ ਪੱਤਰ ਦਿੰਦਾ ਚੰਡੀਗੜ੍ਹ, ਉਦੋਂ ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ, ਤੁਹਾਡਾ ਕੋਈ ਰੁਪਈਆ ਲੱਗਿਆ, ਕਹਿੰਦੇ ਨਾ। ਕੋਈ ਸਿਫਾਰਿਸ਼ ਲੱਗੀ, ਕਹਿੰਦੇ ਨਾ। ਪਟਵਾਰੀ ਬਣ ਗਏ, ਹਾਂਜੀ। ਇੰਸਪੈਕਟਰ ਲੱਗ ਗਏ, ਹਾਂਜੀ। SDO ਬਣ ਗਏ, ਹਾਂਜੀ। ਅਤੇ ਫਿਰ ਐਂ ਕਰਿਓ, ਹੁਣ ਜਿੱਥੇ ਜਾਓਗੇ ਹੁਣ ਉੱਥੇ ਵੀ ਨਾ ਤਾਂ ਰੁਪਈਆ ਲਿਓ, ਨਾ ਕਿਹਦੀ ਸਿਫਾਰਿਸ਼ ਮੰਨਿਓ, ਸਹੀ ਕੰਮ ਕਰਦੇ ਹੋ, ਲੋਕ ਤੁਹਾਨੂੰ ਦੁਆਵਾਂ ਦੇਣਗੇ ਵੀ ਰੱਬ ਦਾ ਰੂਪ ਹੀ ਭੇਜਦਾ ਯਾਰ, ਆ ਤਾਂ ਤੁਹਾਡੇ ਪਰਿਵਾਰ ਵਾਸਤੇ ਦੁਆਵਾਂ ਮੰਗਣਗੇ ਲੋਕ ਨੇ। ਸੋ ਕੰਮ ਕਰ ਦਿਓ ਲੋਕਾਂ ਨੇ। ਬਾਕੀ NOC ਵਾਲਾ ਆਪਾਂ ਕਾਨੂੰਨ ਪਾਸ ਕਰਤਾ, ਕਿਸੇ ਨੂੰ ਕਿਸੇ ਤਹਿਸੀਲਦਾਰ ਨੂੰ ਪੈਸੇ ਦੇਣ ਦੀ ਲੋੜ ਨਹੀਂ। ਜੇ ਕੋਈ ਤਹਿਸੀਲਦਾਰ ਪੈਸੇ ਮੰਗੇ, ਜੇਬ 'ਚ ਹੱਥ ਪਾ ਕੇ ਮੋਬਾਈਲ ਕੱਢ ਲਿਓ, ਬਸ ਉਹ ਉਹਦੀ ਕਹਿ ਦੂਗਾ ਚਾਹ ਮੰਗਾਓ, ਮੈਂ ਤਾਂ ਹੱਸਦਾ ਸੀ, ਮੈਂ ਤਾਂ ਹੱਸਦਾ ਸੀ, ਹੈ ਨਾ। ਨਹੀਂ ਉਹ ਕਹਿ ਜੀ ਮੈਂ ਤਾਂ ਫੋਟੋ ਖਿੱਚਣੀ ਹੈ, ਮੈਂ ਹੋਰ ਤਾਂ ਮੈਂ ਵੀ ਹੱਸਦਾ ਸੀ ਕਿ ਫੋਟੋ ਖਿੱਚ ਕੇ ਭੇਜਣੀ ਹੈ, ਬਸ ਇੰਨੀ ਗੱਲ, ਫੋਟੋ ਖਿੱਚ ਦਿਓ, ਬਾਕੀ ਸਾਡਾ ਕੰਮ ਹੈ। ਸੋ ਕੋਈ ਅਫਸਰ, ਕੋਈ ਕਿਸੇ ਕਿਸਮ ਦਾ ਅਫਸਰ ਤੁਹਾਡੇ ਤੋਂ ਪੈਸੇ ਮੰਗਦਾ, ਬਸ ਥੋੜ੍ਹਾ ਤੁਸੀਂ ਸਾਥ ਦਿਓਗੇ ਨਾ। ਜੇ ਡਾਕਟਰ ਨੂੰ ਆ ਕੇ ਕੋਈ ਦੱਸੂਗੀ ਨਹੀਂ ਮੈਨੂੰ ਬਿਮਾਰੀ ਕੀ ਹੈ, ਡਾਕਟਰ ਕੀ ਇਲਾਜ ਕਰੂਗਾ, ਹੁਣ ਐਂ ਪਤਾ ਨਹੀਂ ਲੱਗਦਾ। ਕਈ ਵਾਰੀ ਤੁਸੀਂ ਵੀ ਕਹਿੰਦੇ ਚੱਲ ਛੱਡ ਯਾਰ, ਕਿਹੜੇ ਝਮੇਲਿਆਂ 'ਚ ਪਵਾਂਗੇ, ਦੇ ਹੀ ਦਿੰਦੇ ਪੈਸੇ, ਫਿਰ ਉਹ ਚੱਲਦਾ ਰਹਿੰਦਾ ਕੰਮ, ਹੌਲੀ ਹੌਲੀ ਹਟੂਗਾ। ਇਹ ਬਹੁਤ ਖੂਨ 'ਚ ਵਸਿਆ ਹੋਇਆ ਇਹ ਕੰਮ, ਰਿਸ਼ਵਤ ਵਾਲਾ, ਹੌਲੀ ਹੌਲੀ ਹਟੂਗਾ, ਹਟ ਜੂਗਾ। ਪਰ ਜਦੋਂ ਨਵੇਂ ਮੁੰਡੇ, ਹੁਣ ਮੈਂ ਨੌਕਰੀ ਜਦੋਂ ਨਿਯੁਕਤੀ ਪੱਤਰ ਦਿੰਦਾ ਚੰਡੀਗੜ੍ਹ, ਉਦੋਂ ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ, ਤੁਹਾਡਾ ਕੋਈ ਰੁਪਈਆ ਲੱਗਿਆ, ਕਹਿੰਦੇ ਨਾ। ਕੋਈ ਸਿਫਾਰਿਸ਼ ਲੱਗੀ, ਕਹਿੰਦੇ ਨਾ। ਪਟਵਾਰੀ ਬਣ ਗਏ, ਹਾਂਜੀ। ਇੰਸਪੈਕਟਰ ਲੱਗ ਗਏ, ਹਾਂਜੀ। SDO ਬਣ ਗਏ, ਹਾਂਜੀ। ਅਤੇ ਫਿਰ ਐਂ ਕਰਿਓ, ਹੁਣ ਜਿੱਥੇ ਜਾਓਗੇ ਹੁਣ ਉੱਥੇ ਵੀ ਨਾ ਤਾਂ ਰੁਪਈਆ ਲਿਓ, ਨਾ ਕਿਹਦੀ ਸਿਫਾਰਿਸ਼ ਮੰਨਿਓ, ਸਹੀ ਕੰਮ ਕਰਦੇ ਹੋ, ਲੋਕ ਤੁਹਾਨੂੰ ਦੁਆਵਾਂ ਦੇਣਗੇ ਵੀ ਰੱਬ ਦਾ ਰੂਪ ਹੀ ਭੇਜਦਾ ਯਾਰ, ਆ ਤਾਂ ਤੁਹਾਡੇ ਪਰਿਵਾਰ ਵਾਸਤੇ ਦੁਆਵਾਂ ਮੰਗਣਗੇ ਲੋਕ ਨੇ। ਸੋ ਕੰਮ ਕਰ ਦਿਓ ਲੋਕਾਂ ਨੇ। ਬਾਕੀ NOC ਵਾਲਾ ਆਪਾਂ ਕਾਨੂੰਨ ਪਾਸ ਕਰਤਾ, ਕਿਸੇ ਨੂੰ ਕਿਸੇ ਤਹਿਸੀਲਦਾਰ ਨੂੰ ਪੈਸੇ ਦੇਣ ਦੀ ਲੋੜ ਨਹੀਂ। ਜੇ ਕੋਈ ਤਹਿਸੀਲਦਾਰ ਪੈਸੇ ਮੰਗੇ, ਜੇਬ 'ਚ ਹੱਥ ਪਾ ਕੇ ਮੋਬਾਈਲ ਕੱਢ ਲਿਓ, ਬਸ ਉਹ ਉਹਦੀ ਕਹਿ ਦੂਗਾ ਚਾਹ ਮੰਗਾਓ, ਮੈਂ ਤਾਂ ਹੱਸਦਾ ਸੀ, ਮੈਂ ਤਾਂ ਹੱਸਦਾ ਸੀ, ਹੈ ਨਾ। ਨਹੀਂ ਉਹ ਕਹਿ ਜੀ ਮੈਂ ਤਾਂ ਫੋਟੋ ਖਿੱਚਣੀ ਹੈ, ਮੈਂ ਹੋਰ ਤਾਂ ਮੈਂ ਵੀ ਹੱਸਦਾ ਸੀ ਕਿ ਫੋਟੋ ਖਿੱਚ ਕੇ ਭੇਜਣੀ ਹੈ, ਬਸ ਇੰਨੀ ਗੱਲ, ਫੋਟੋ ਖਿੱਚ ਦਿਓ, ਬਾਕੀ ਸਾਡਾ ਕੰਮ ਹੈ। ਸੋ ਕੋਈ ਅਫਸਰ, ਕੋਈ ਕਿਸੇ ਕਿਸਮ ਦਾ ਅਫਸਰ ਤੁਹਾਡੇ ਤੋਂ ਪੈਸੇ ਮੰਗਦਾ, ਬਸ ਥੋੜ੍ਹਾ ਤੁਸੀਂ ਸਾਥ ਦਿਓਗੇ ਨਾ। ਜੇ ਡਾਕਟਰ ਨੂੰ ਆ ਕੇ ਕੋਈ ਦੱਸੂਗੀ ਨਹੀਂ ਮੈਨੂੰ ਬਿਮਾਰੀ ਕੀ ਹੈ, ਡਾਕਟਰ ਕੀ ਇਲਾਜ ਕਰੂਗਾ, ਹੁਣ ਐਂ ਪਤਾ ਨਹੀਂ ਲੱਗਦਾ। ਕਈ ਵਾਰੀ ਤੁਸੀਂ ਵੀ ਕਹਿੰਦੇ ਚੱਲ ਛੱਡ ਯਾਰ, ਕਿਹੜੇ ਝਮੇਲਿਆਂ 'ਚ ਪਵਾਂਗੇ, ਦੇ ਹੀ ਦਿੰਦੇ ਪੈਸੇ, ਫਿਰ ਉਹ ਚੱਲਦਾ ਰਹਿੰਦਾ ਕੰਮ, ਹੌਲੀ ਹੌਲੀ ਹਟੂਗਾ। ਇਹ ਬਹੁਤ ਖੂਨ 'ਚ ਵਸਿਆ ਹੋਇਆ ਇਹ ਕੰਮ, ਰਿਸ਼ਵਤ ਵਾਲਾ, ਹੌਲੀ ਹੌਲੀ ਹਟੂਗਾ, ਹਟ ਜੂਗਾ। ਪਰ ਜਦੋਂ ਨਵੇਂ ਮੁੰਡੇ, ਹੁਣ ਮੈਂ ਨੌਕਰੀ ਜਦੋਂ ਨਿਯੁਕਤੀ ਪੱਤਰ ਦਿੰਦਾ ਚੰਡੀਗੜ੍ਹ, ਉਦੋਂ ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ, ਤੁਹਾਡਾ ਕੋਈ ਰੁਪਈਆ ਲੱਗਿਆ, ਕਹਿੰਦੇ ਨਾ। ਕੋਈ ਸਿਫਾਰਿਸ਼ ਲੱਗੀ, ਕਹਿੰਦੇ ਨਾ। ਪਟਵਾਰੀ ਬਣ ਗਏ, ਹਾਂਜੀ। ਇੰਸਪੈਕਟਰ ਲੱਗ ਗਏ, ਹਾਂਜੀ। SDO ਬਣ ਗਏ, ਹਾਂਜੀ। ਅਤੇ ਫਿਰ ਐਂ ਕਰਿਓ, ਹੁਣ ਜਿੱਥੇ ਜਾਓਗੇ ਹੁਣ ਉੱਥੇ ਵੀ ਨਾ ਤਾਂ ਰੁਪਈਆ ਲਿਓ, ਨਾ ਕਿਹਦੀ ਸਿਫਾਰਿਸ਼ ਮੰਨਿਓ, ਸਹੀ ਕੰਮ ਕਰਦੇ ਹੋ, ਲੋਕ ਤੁਹਾਨੂੰ ਦੁਆਵਾਂ ਦੇਣਗੇ ਵੀ ਰੱਬ ਦਾ ਰੂਪ ਹੀ ਭੇਜਦਾ ਯਾਰ, ਆ ਤਾਂ
ਤੁਹਾਡੇ ਪਰਿਵਾਰ ਵਾਸਤੇ ਦੁਆਵਾਂ ਮੰਗਣਗੇ ਲੋਕ ਨੇ, ਸੋ ਕੰਮ ਕਰ ਦਿੰਦੇ।